ਹੈਲੋ ਐਵਰੀਵਨ, ਗੁੱਡ ਮੋਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ। ਅਤੇ ਅੱਜ ਦੀ ਮਿੱਠੀ ਮਿੱਠੀ ਮੋਰਨਿੰਗ ਦੀ ਮਿੱਠੀ ਮਿੱਠੀ ਸ਼ੁਰੂਆਤ ਹੋ ਚੁੱਕੀ ਆ। ਦੇਖੋ ਕਿੰਨਾ ਵਧੀਆ ਮੀਂਹ ਪੈਣ ਦਿਆ ਵਾ। ਅਤੇ ਅੱਜ ਬੜੇ ਟਾਈਮ ਬਾਅਦ ਰੋਜ਼ ਹੀ ਬੱਦਲ ਆਉਂਦਾ ਸੀ, ਚਲ ਜਾਂਦੇ, ਆਉਂਦਾ ਸੀ ਅਤੇ ਚਲੇ ਜਾਂਦਾ ਸੀਗਾ। ਅਤੇ ਅੱਜ ਫਾਈਨਲੀ ਜਿਹੜੀ ਆ ਉਹ ਬਾਰਿਸ਼ ਆਈ ਗਈ। ਅਤੇ ਅੱਗੇ ਕੋਲ ਸਨੋਈ, ਆਪਣੀ ਸਨੋਈ ਨੂੰ ਵੀ ਆਪਣਾ ਮੌਸਮ ਦਾ ਆਨੰਦ ਲੈ ਰਹੀ ਆ। ਅਤੇ ਮੈਂ ਵੀ ਇੱਥੇ ਖੜ੍ਹੀ ਹਾਂ। ਅਤੇ ਸਾਡੀ ਉਹ ਜਿਹੜੀ ਟੈਪ ਅਜੇ ਤੱਕ ਲੱਗੀ ਨਹੀਂ ਹੈ, ਅਤੇ ਮੈਨੂੰ ਉਹਦਾ ਖਤਰਾ ਕਿ ਇਹਨਾਂ ਟੈਂਕੀ 'ਚ ਪਾਣੀ ਖਤਮ ਹੋ ਜਾਵੇ ਅਤੇ ਲਾਈਟ ਵੀ ਚਲੇ ਗਈ। ਲਾਈਟ ਵੀ ਨਹੀਂ ਆਉਣ ਦੀ ਬਹੁਤ ਟਾਈਮ ਦੀ। ਅਤੇ ਹੁਣ ਉੱਠੀ ਮੈਂ ਚੱਲ ਟੈਂਕੀ ਭਰ ਲਉਂਗੀ, ਟੈਂਕੀ ਨੂੰ ਜਾ ਕੇ ਵੇਖਿਆ ਅਤੇ ਲਾਈਟ ਨਹੀਂ ਹੈਗੀ। ਅਤੇ ਵੇਖੋ ਮੀਂਹ ਕਿੰਨਾ ਵਧੀਆ ਪੈਣ ਗਿਆ। ਅਤੇ ਟਾਈਮ ਹੋ ਗਿਆ ਸਵੇਰ ਦਾ 7:30 ਦਾ। ਅਤੇ ਅੱਜ ਹੈਗਾ ਸੰਡੇ, ਅੱਜ ਆਪਾਂ ਉੱਥੇ ਵੀ ਲੇਟ ਹੀ ਹਾਂ ਥੋੜ੍ਹਾ ਜਿਹਾ, ਕਿਉਂਕਿ ਮੈਂ ਹਾਂ ਉੱਠ ਕੇ ਕੀ ਕਰਨਾ ਸੰਡੇ ਵਾਲੇ ਦਿਨ। ਨਾਲੇ ਤਾਂ ਆਪ ਡਿਸਟਰਬ ਹੋਵਾਂਗੇ ਅਤੇ ਨਾਲੇ ਐਵੇਂ ਬੱਚਿਆਂ ਨੂੰ ਡਿਸਟਰਬ ਕਰਾਂਗੇ। ਅਤੇ ਕਰੀਆਂ ਵਧੀਆ ਨੀਂਦ ਜਿਹੜੀ ਆਪਾਂ ਲੈ ਕੇ ਅਤੇ ਅੱਜ ਫਿਰ ਉੱਠੇ, ਕਿਉਂਕਿ ਡੇਲੀ ਡੇਲੀ ਤਾਂ ਤੁਹਾਨੂੰ ਪਤਾ ਉੱਠਣਾ ਹੀ ਹੁੰਦਾ ਵਾ। ਅਤੇ ਬਸ ਇੱਕ ਸੰਡੇ ਵਾਲਾ ਦਿਨ ਹੀ ਹੁੰਦਾ ਜਿੱਦਣ ਥੋੜ੍ਹਾ ਜਿਹਾ ਆਪਾਂ ਨੂੰ ਹੁੰਦਾ ਕਿ ਆਪਾਂ ਆਰਾਮ ਦੇ ਨਾਲ ਉੱਠੀਏ। ਅਤੇ ਮੰਮੀ ਵੇਖੋ ਕਿੰਨਾ ਵਧੀਆ ਪੈਣ ਦਿਆ ਅੱਜ। ਅਤੇ ਹੁਣ ਆਪਾਂ ਉੱਠ ਗਏ ਹਾਂ, ਚਾਹ ਆਪਾਂ ਲਈ ਆ ਬਣਾ ਅਤੇ ਆਪਾਂ ਲੱਗੇ ਹੁਣ ਬਹਿਣ। ਲੋ ਗਾਇਸ, ਟਾਈਮ ਹੋ ਗਿਆ ਏ 9:30 ਦਾ ਅਤੇ ਮੀਂਹ ਅਜੇ ਵੀ ਆਪਣੇ ਪੂਰੇ ਜ਼ੋਰਾਂ ਸ਼ੋਰਾਂ 'ਤੇ ਆ ਪੂਰਾ ਇੱਕਦਮ। ਮੈਂ ਪੂਰਾ ਜਿਹਨੇ ਰੀਝਾਂ ਹੀ ਲਾਤੀਆਂ ਅਤੇ ਕਵਲ ਕਹਿਣ ਦੀ ਆ, ਆਪਾਂ ਵੀ ਬੜੇ ਦਿਨ ਹੋ ਗਏ ਇਹਨੂੰ ਤਾਨੇ ਮਾਰਨ ਦੇ, ਵੀ ਰੱਬਾ ਜਹਾਨੇ ਲਾ ਦੇ ਜਾਂ ਬੰਨੇ ਲੈ, ਤੂੰ ਵੀ ਰੋਜ਼ ਕੀ ਵਿਆਹ 'ਚ ਫੁੱਫੜ ਵਾਂਗੂ ਤੁਰਿਆ ਫਿਰਦਾ ਬੱਦਲ ਲੈ ਕੇ। ਅਤੇ ਅੱਜ ਰੱਬ ਨੇ ਕਵਲ ਦਾ ਲਾਮਾ ਲਾ ਹੀ ਦਿੱਤਾ, ਕਹਿੰਦਾ ਅੱਜ ਤੁਸੀਂ ਰੋਜ਼ ਕਹਿੰਦੇ ਨਾ ਵਿਹੜਾ ਧੋਣਾ ਹੈ, ਅਤੇ ਅੱਜ ਮੈਂ ਆਪ ਹੀ ਧੋ ਦੇਣਾ। ਲਿਆਓ ਕਿੱਡਾ ਔਖਾ ਕੰਮ ਹੈ, ਕਿਤੇ ਤੁਸੀਂ ਤਾਂ ਇੰਨਾ ਟਾਈਮ ਲਾਉਣਾ ਹੈ। ਉਧਰ ਮੈਡਮ ਨੇ ਕੀ ਕੀਤਾ, ਅਤੇ ਇੱਧਰ ਦੇਖੋ ਐਂ ਪੂਰੇ ਜ਼ੋਰਾਂ ਸ਼ੋਰਾਂ 'ਤੇ, ਕਦੀ ਹਟ ਜਾਂਦਾ, ਕਦੀ ਪੈਣ ਲੱਗ ਜਾਂਦਾ, ਕਦੀ ਹਟ ਜਾਂਦਾ, ਕਦੀ ਪੈਣ ਲੱਗ ਜਾਂਦਾ। ਰੱਬ ਵੀ ਨਾ ਪੂਰੇ ਐਂ ਮਜ਼ੇ ਲੈਣ ਦਿਆ ਅੱਜ। ਅੱਜ ਤਾਂ ਕਵਲ ਐਂ ਰੱਜ ਕੇ ਸੁੱਤੀ, ਕਵਲ ਨੂੰ ਐਂ ਕੋਈ ਟੈਨਸ਼ਨ ਨਹੀਂ ਸੀ ਵੀ ਕਿਸੇ ਦੇ ਘਰ ਕੰਮ ਕਰਨ ਜਾਣਾ। ਕਵਲ ਨੂੰ ਰਾਤੀ ਇੱਧਰ ਸੁਆਇਆ ਸੀਗਾ ਮੈਂ ਆਪਣੇ ਲਾਗੇ, ਅਤੇ ਕਵਲ ਨੂੰ ਮੈਂ ਉਠਾਇਆ ਹੀ ਨਾ ਪਹਿਲਾਂ। ਮੈਂ ਸਵੇਰੇ, ਮੈਨੂੰ ਜਦੋਂ ਮੈਂ ਤੈਨੂੰ ਪਹਿਲਾਂ ਉਠਾਇਆ ਨਾ, ਉਦੋਂ ਨਹੀਂ 6:15, ਮੈਨੂੰ ਨਹੀਂ ਪਤਾ ਕਿ ਮੀਂਹ ਪੈਣ ਦਿਆ ਵਾ। ਅਤੇ ਬਾਅਦ ਵਿੱਚ ਜਦੋਂ ਐਂ ਬਾਹਰ ਨਿਕਲ ਕੇ ਵੇਖਿਆ, ਮੈਂ ਕਿਹਾ ਚੱਲ ਮੀਂਹ ਪੈਂਦਾ, ਇਹਨੇ ਕੀ ਕਰਨਾ ਵਾ। ਮੈਂ ਜਦੋਂ ਮੀਂਹ ਹਟੂਗਾ ਉਦੋਂ ਉਠਾ ਦੂੰਗੀ। ਅਤੇ ਉਹਦੀ ਐਡੀ ਕਿਸਮਤ ਅੱਜ ਸੰਡੇ ਵਾਲੇ ਦਿਨ ਤੇਜ਼ ਨਿਕਲੀ ਆ ਕਿ ਮੀਂਹ ਹਟਿਆ ਹੀ ਨਹੀਂ, ਅਤੇ ਇਹਨੂੰ ਕਿਸੇ ਦੇ ਘਰ ਜਾਣਾ ਨਹੀਂ ਪਿਆ। ਉੱਦਾਂ ਜੇ ਆਪਦੇ ਘਰ ਸੁੱਤੀ ਹੁੰਦੀ ਨਾ, ਫਿਰ ਇਹਨੇ ਇੱਧਰੋਂ ਨਹੀਂ ਆਉਣਾ, ਫਿਰ ਇਹਦੀ ਇੱਧਰੋਂ ਹੀ ਛੁੱਟੀ ਹੋ ਜਾਣੀ ਸੀਗੀ। ਆਹ ਵੀ ਕੰਮ ਇਹਨਾਂ ਮੈਨੂੰ ਹੀ ਕਰਨਾ ਪੈਣਾ ਸੀਗਾ। ਅਤੇ ਚੱਲ ਇਹ ਹੈ ਕਿ ਮੇਰੀ ਇੰਨੀ ਕੁ ਸੁਣੀ ਗਈ ਵੀ ਇੱਧਰ ਹੀ ਸੁੱਤੀ ਸੀਗੀ, ਅਤੇ ਹੁਣ ਉੱਠ ਕੇ ਚੱਲ ਇਹਨੇ ਕਿ ਇੰਨਾ ਕੁ ਮੇਰਾ ਕੰਮ ਕਰਤਾ ਵਾ, ਅਤੇ ਇਹਦਾ ਮੈਂ ਸੀ ਕੇ ਦੇਣਾ ਵਾ ਸੂਟ। ਅਤੇ ਉਹ ਮੈਂ ਇਹਨੂੰ ਕਹਿੰਦੀ ਆ ਵੀ ਤੂੰ ਬਸ ਇੰਨਾ ਕੁ ਮੇਰੇ ਲਾਗੋਂ ਕੰਮ ਕਰ ਦੇ। ਅਤੇ ਮੈਨੂੰ ਲੱਗਦਾ ਨਹੀਂ ਹੈ ਕਿ ਅੱਜ ਦੀ ਕਿਸਮਤ ਤੇਜ਼ ਆ, ਅੱਜ ਮੈਂ ਆਪਦਾ ਮਨ ਬਣਾਇਆ ਅਤੇ ਅੱਜ ਕਦੀ ਲਾਈਟ ਚਲ ਜਾਂਦੀ, ਕਦੀ ਆ ਜਾਂਦੀ, ਕਦੀ ਚਲ ਜਾਂਦੀ, ਕਦੀ ਆ ਜਾਂਦੀ। ਇਹ ਤਾਂ ਹੁਣ ਇਹਦੀ ਕਿਸਮਤ ਆ, ਜੇ ਤਾਂ ਲਾਈਟ ਆ ਕੇ ਟਿਕ ਗਈ ਫਿਰ ਆਪਾਂ ਸੂਟ ਸਟਿਚ ਕਰ ਦਾਂਗੇ, ਜੇ ਨਾ ਟਿਕੀ ਫਿਰ ਰੱਬ ਦੇ ਆਸਰੇ ਹੋਰ ਕੀ। ਅੱਗੇ ਵਿਚਾਰੀ ਨੂੰ ਬੜੇ ਹੀ ਦਿਨ ਹੋ ਗਏ ਸੂਟ ਦਿੱਤੇ ਨੂੰ ਮੈਨੂੰ, ਪਰ ਇਹ ਕਿ ਮੇਰੀ ਤਬੀਅਤ ਠੀਕ ਨਾ ਹੁੰਦਾ ਕਰਕੇ ਮੇਰਾ ਵੀ ਦਿਲ ਨਹੀਂ ਕਰਨ ਦਿਆ। ਅਤੇ ਅੱਜ ਮੈਂ ਮਨ ਬਣਾਇਆ, ਅੱਜ ਮੈਂ ਉੱਠੀ ਫਟਾਫਟ ਹੱਲਾ ਮਾਰਿਆ, ਅਤੇ ਹੁਣ ਮੈਂ ਜਦੋਂ ਮਸ਼ੀਨ ਰੱਖਣ ਜਾਂਦੀ ਹਾਂ ਉਦੋਂ ਲਾਈਟ ਚਲ ਜਾਂਦੀ। ਹੁਣ ਮੈਂ ਲਾਈਟ ਆਉਂਦੀ ਆ ਅਤੇ ਹੁਣ ਇੱਕ ਵਾਰੀ ਲਿਆ ਕੇ ਰੱਖ ਕੇ ਅਤੇ ਜਿੰਨਾ ਕੁ ਕੱਢਿਆ ਜਾਂਦਾ ਕੱਢਦੀ ਹਾਂ, ਲਾਈਟ ਚਲੇ ਗਈ ਆ। ਅਤੇ ਫਿਰ ਜਦੋਂ ਲਾਈਟ ਆਊਗੀ, ਜਦੋਂ ਆਈ ਜਾਊਗੀ ਉਦੋਂ ਬਹਿ ਜਾਊਂ, ਹੋਰ ਕੀ ਫਿਰ ਮੈਂ ਹੁਣ ਕੀ ਕਰ ਸਕਦੀ ਹਾਂ, ਕਿੱਦਾਂ ਵੀ ਆਹੋ ਇੱਥੇ ਰੱਖਣੀ ਆ। ਅਤੇ ਇੱਥੇ ਫਿਰ ਇਹ ਆ ਕਿ ਇੱਥੇ ਮੈਨੂੰ ਮੈਡਮ ਆਉਂਦੀ ਹੈ ਕਿ ਆਂਟੀ ਪੈਰ ਚੁੱਕ ਤਾਂ ਮੁੜ ਕੇ, ਮੈਂ ਝਾੜੂ ਲਾਉਣਾ ਮੇਰੇ ਤੋਂ ਪੈਰ ਚੁਕਾ ਕੇ ਤਾਂ ਆਉਂਦੀ, ਮੈਂ ਤਾਂ ਵੱਡਿਆਂ ਵੱਡਿਆਂ ਦੀਆਂ ਪੂਛਾਂ ਚ ਵੇਖ ਲਓ।
ਅੱਧੋ ਕੀ ਆ, ਇੱਕ ਤੇ ਚੋਰੀ ਤੇ ਉੱਤੋਂ ਸੀਨਾ ਚੋਰੀ। ਪਹਿਲਾਂ ਆਪੇ ਮੈਨੂੰ ਕਹਿ ਲਿਆ ਵੀ ਆਂਟੀ ਪੈਰ ਚੁੱਕੋ ਤਾਂ ਮੈਂ ਝਾੜੂ ਲਾਉਣਾ, ਮੁੜ ਕਹਿੰਦੀ ਮੈਂ ਤੇ ਵੱਡਿਆਂ ਵੱਡਿਆਂ ਦੀਆਂ ਇਹ ਪੂਛਾਂ ਚੁਕਾ ਦਾ, ਅੱਧੋ ਹੀ ਬਈ ਮੈਂ ਨਹੀਂ। ਕੋਈ ਹੱਲ ਨਹੀਂ ਅੱਜ ਕੱਲ੍ਹ ਤੇ ਉੱਧਰ ਇੱਕ ਮਿਲੀ ਹੈ ਪੂਰੇ ਹੀ ਜ਼ੋਰਾਂ ਸ਼ੋਰਾਂ 'ਤੇ ਪੈਣ ਦਿਆ। ਸ਼ੁਕਰ ਕਰ ਮੈਂ ਕਵਰ ਲਾਈਟ ਆ ਗਈ ਅਤੇ ਮੈਂ ਟੈਂਕੀ ਭਰ ਆਈ ਹਾਂ, ਨਹੀਂ ਤਾਂ ਮੈਨੂੰ ਇਹ ਟੈਨਸ਼ਨ ਹੀ ਕਿ ਆਪਣੀ ਜਿਹੜੀ ਬਾਹਰੋਂ ਟੂਟੀ ਨਾ ਵੀ ਪਾਣੀ ਬੜਾ ਵੇਸਟ ਹੁੰਦਾ ਅਤੇ ਇਹ ਨਾ ਹੋਵੇ ਪਾਣੀ ਟੈਂਕੀ 'ਚੋਂ ਵੀ ਖਤਮ ਹੋ ਜੇ ਟੈਂਕੀ ਉਹ ਢੱਕਣ ਚੁੱਕਿਆ ਅਤੇ ਉੱਪਰ ਰੱਬ ਨੇ ਮੋਟਰ 'ਤੇ ਚਲਾਈ ਚਲਾਈ ਆਪਦੀ। ਅੱਜ ਰੱਬ ਅੱਜ ਮੈਨੂੰ ਲੱਗਦਾ ਰੱਬ ਡਾਈਪਰ ਲਾਉਣਾ ਭੁੱਲ ਗਿਆ ਹੈ ਨਾ। ਮੈਨੂੰ ਇੰਸਟਾ 'ਤੇ ਕਹੋ ਲਿਆ ਵੀਡੀਓ ਬਣਾ ਕੇ ਪਾਈ ਹੈ ਕੀ ਗੱਲ ਰੱਬਾ ਅੱਜ ਤੈਨੂੰ ਡਾਈਪਰ ਲਾਉਣ ਦਾ ਚੇਤਾ ਭੁੱਲ ਗਿਆ ਹੈ ਨਾ। ਬਣਾ ਕੇ ਆਉਂਦੀ ਮੈਂ ਕਲੋਜ ਆ। ਸ਼ਾਮ ਦੇ ਵੱਜ ਗਏ ਨੇ 7:30 ਤੇ ਅਸੀਂ ਜਾਣਾ ਗੁਰਦੁਆਰਾ ਸਾਹਿਬ ਤੇ ਜਗਰੂਪ ਸਾਨੂੰ ਨਿਕਲਣ ਨਹੀਂ ਦਿੰਦਾ, ਘਰੋਂ ਅੱਧੀ ਰਾਤ ਕਰ ਦੇਣੀ ਸਾਨੂੰ। ਪਿਛਲੀ ਵਾਰ ਵੀ ਅਸੀਂ ਅੱਧੀ ਰਾਤ ਹੀ ਗਏ ਸੀ ਤੇ ਐਰਕੀ ਵੀ ਅੱਧੀ ਰਾਤ ਹੀ ਹੋ ਜਾਣੀ ਹੈ। ਤੁਸੀਂ ਪਿਛਲੀ ਵਾਰ ਘਰ ਨਹੀਂ ਹੈਗੇ, ਪਿਛਲੀ ਵਾਰ ਇਹ ਪਤਾ ਨਹੀਂ ਕਿੱਧਰ ਚਲੇ ਗਏ ਤੇ ਬਾਅਦ 'ਚ ਅੱਧੀ ਰਾਤ ਲੇਟ ਆਇਆ ਤੇ ਫਿਰ ਗਏ ਸੀ ਹਨੇਰੇ ਤੇ ਐਰਕੀ ਵੀ ਹਨੇਰਾ ਹੋ ਹੀ ਜਾਣਾ, ਐਰਕੀ ਤੁਹਾਡੀ ਹੋ ਜਾਣਾ ਮੈਨੂੰ ਲੱਗਦਾ। ਤੇ ਸਾਰਾ ਦਿਨ ਘਰੇ ਬਹਿ 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 ਮੈਂ ਤੇ ਹੋ ਜਾਂਦੀ ਬੋਰ। ਇੱਕ ਸਿਰਫ ਸੰਡੇ ਵਾਲਾ ਦਿਨ ਹੀ ਹੁੰਦਾ ਜਿਸ ਦਿਨ ਮੈਂ ਨਹੀਂ ਚਲੋ ਗੁਰਦੁਆਰਾ ਸਾਹਿਬ ਆਪਾਂ ਦਰਸ਼ਨ ਕਰ ਆਈਏ, ਹੋਰ ਤੇ ਕਿਸੇ ਨੇ ਤੇ ਖੜਨਾ ਨਹੀਂ, ਆਪਦੀ ਹਿੰਮਤ ਮਾਰ ਕੇ ਧੱਕਣਾ ਰੌਲਾ ਰੁਲਾ ਪਵਾ ਕੇ ਤੇ ਚਲ ਜਾਂਦੀ ਹਾਂ। ਇਹਨਾਂ ਦੇ ਨਾਂ ਨਹੀਂ ਲੈਣਾ ਵੀ ਚੱਲ ਚੱਲੀਏ ਕਿਤੇ, ਹੈ ਮੇਰੇ ਘਰ ਵਾਲੇ ਤਾਂ ਬਿਲਕੁਲ ਨਹੀਂ ਹੈਗਾ ਵੀ ਚੱਲ ਇਹ ਕਿਤੇ ਸਾਰੀ ਦਿਹਾੜੀ ਵਿਚਾਰੀ ਘਰੇ ਬੈਠੀ ਰਹਿੰਦੀ, ਮੈਨੂੰ ਕਿਤੇ ਬਾਹਰ ਹੀ ਘੁਮਾ ਫਰਾ ਲਿਆਵਾਂ। ਜੇ ਮੈਂ ਇਹਦਾ ਸੋਚਦੀ ਹਾਂ ਨਾ ਵੀ ਮੈਨੂੰ ਦੋਖਣਾ ਦਵਾਂ ਚੱਲ ਕੋਈ ਨਹੀਂ ਵਿਚਾਰਾ ਥੱਕ ਕੇ ਆਉਂਦਾ, ਤੇ ਪਰ ਇਹਨੇ ਮੇਰਾ ਕਦੀ ਨਹੀਂ ਸੋਚਿਆ ਵੀ ਚੱਲ ਮੈਂ ਵੀ ਇਹਨੂੰ ਬਾਹਰ ਕਿਤੇ ਘੁਮਾ ਫਰਾ ਲਿਆਵਾਂ, ਵਿਚਾਰੀ ਘਰੇ ਹੀ ਬੈਠੀ ਰਹਿੰਦੀ ਆ। ਆਪ ਦੋਵੇਂ ਪਿਓ ਪੁੱਤ ਜਿੱਥੇ ਮਰਜ਼ੀ ਤੁਰ ਫਿਰ ਆਉਂਦੇ ਆ। ਸੋਖਣਾ ਦਵਾਂ ਬਸ ਉਹੀ ਗੱਲ ਹੈ ਨਾ, ਤੁਸੀਂ ਮੈਨੂੰ ਸੁੱਖ ਕਿੱਥੋਂ ਦੇਣਾ, ਆ ਚਾਰ ਕੇ ਮੈਂ ਆਪੇ ਸੁੱਖ ਭਰ ਲਿਆ ਅੱਜ। ਹੈ ਆਹੋ ਭਰਾਵਾ ਇੱਥੇ ਆ ਕੇ ਉਧਰ ਭੱਜੀ ਆਈ ਮੇਰੇ ਪੈਰ ਤੇ ਮਾਰੀ ਛਾਲ ਤੇ ਉਹ ਗਈ ਐ ਚੜ ਕੇ ਆ ਗਈ ਤੇ ਹੁਣ ਮੁੜ ਕੇ ਤੇ ਅੱਜ ਮੈਂ ਆਪੇ ਸੁੱਖ ਭਰ ਲਿਆ। ਅੱਜ ਮੈਂ ਲੱਗੀ ਹਾਂ ਰੋਟੀ ਬਣਾਉਣ ਤੇ ਫਿਰ ਸਾਡੇ ਘਰੇ ਆਏ ਪੂੜੇ, ਸਾਡੇ ਘਰੇ ਆਏ ਅੱਜ ਪ੍ਰਭ ਗਿਆ ਸੀ ਆਪਣੀ ਮਾਸੀ ਕੋਲੋਂ, ਉੱਥੋਂ ਆਏ ਸਾਡੇ ਘਰ ਅਮਰੂਦ, ਅਮਰੂਦ ਅਸੀਂ ਖਾ ਲਏ ਦੋ ਦੋ ਤੇ ਉਹਦੇ ਨਾਲ ਮੇਰਾ ਤੇ ਹੋ ਗਿਆ ਪੇਟ ਫੁੱਲ, ਪ੍ਰਭ ਦਾ ਵੀ ਫੁੱਲ। ਕਹਿੰਦਾ ਮਾਸੀ ਨੇ ਮੈਨੂੰ ਰਜਾ ਕੇ ਭੇਜਿਆ ਤੇ ਮੈਂ ਬਸ ਫਿਰ ਠੀਕ ਆ, ਜਦੋਂ ਕੀ ਆਉਂਦੇ ਹੁੰਦੇ ਆ ਢਿੱਡ ਗੁੱਲ ਤੇ ਫਿਰ ਅੱਗੇ ਗੱਲ ਹੀ ਨਹੀਂ ਆਈ ਮੈਨੂੰ, ਜੋ ਢਿੱਡ ਫੁੱਲ ਤੇ ਫਿਰ ਆਪਾਂ ਬਸ ਆਪਾਂ ਵਿਹਲੇ। ਤੇ ਅੱਜ ਆਪਣੇ ਕੂੜੇ ਵੀ ਪਏ ਆ, ਖੀਰ ਵੀ ਪਈ ਸੀਗੀ ਤੇ ਨਾਲ ਅਮਰੂਦ ਖਾ ਲਏ ਇੱਕ ਇੱਕ ਦੋ ਦੋ ਤੇ ਆਲੂ ਮੈਂ ਉਬਾਲ ਕੇ ਰੱਖ ਲਏ ਆ। ਮੈਂ ਚਲੋ ਸਵੇਰੇ ਜੇ ਦਿਲ ਕਰੂਗਾ ਤੇ ਜਾਂ ਤੇ ਸਬਜ਼ੀ ਬਣਾ ਲਾਂਗੇ ਤੇ ਜਾਂ ਫਿਰ ਆਪਾਂ ਆਲੂ ਵਾਲੇ ਪਰੌਂਠੇ ਲਾ ਲਾਂਗੇ, ਵੇਖੋ ਸਵੇਰੇ ਆਪਾਂ ਇਹ ਕੀ ਕਹਿੰਦੇ ਆ ਤੇ ਕੀ ਨਹੀਂ, ਫਿਰ ਉਸ ਹਿਸਾਬ ਦੇ ਨਾਲ ਆਪਾਂ ਕਰ ਲਾਂਗੇ। ਤੇ ਹੁਣ ਆਪਾਂ ਹੋ ਗਏ ਰੈਡੀ ਤੇ ਆਪਾਂ ਚੱਲੇ ਗੁਰਦੁਆਰਾ ਸਾਹਿਬ। ਹਾਂਜੀ ਕਿੱਦਾਂ ਫਿਰ ਮਾਸੀ, ਕਿੱਦਾਂ ਠੀਕ ਠਾਕ ਗਿਆ? ਮੈਂ ਉਹ ਸੇਵਾ ਕੀਤੀ ਮਾਸੀ ਨੇ, ਕੀ ਖਵਾਇਆ ਸੀਗਾ, ਕੀ ਖਵਾਇਆ, ਪਕੌੜੇ ਖਵਾਏ, ਪਕੌੜੇ ਤੇ ਉਹਨਾਂ ਦੀ ਫੇਮਸ ਚੀਜ਼ ਆ। ਹੈਂ ਕੀ ਖਵਾਇਆ, ਕੀ ਦੱਸਣ ਨੀ ਦਿਆ ਕੁਝ ਵੀ, ਐਡਾ ਗੰਦੀ ਲਾ ਦੇਣਾ। ਤੇ ਹੁਣ ਆਪਾਂ ਬਸ ਅੱਜ ਆਪਾਂ ਵਿਹਲੇ ਹਾਂ, ਅੱਜ ਆਪਾਂ ਕੋਈ ਕੰਮ ਨਹੀਂ ਕਰਦੇ। ਅੱਜ ਬਾਹਰ ਮੌਸਮ ਇੰਨਾ ਵਧੀਆ ਨਾ ਵੀ ਸਵੇਰ ਦਾ ਜਿਹੜਾ ਮੀਂਹ ਹੋਇਆ ਪਿਆ ਸੀ ਨਾ ਤੇ ਉਹਦੇ ਨਾਲ ਇੱਕਦਮ ਹੈ ਬਾਹਰ ਦਾ ਮੌਸਮ ਬੜਾ ਘੈਂਟ 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 ਆ ਸਵੇਰ ਦਾ ਹੀ, ਤੇ ਐਂ ਠੰਡਾ ਠੰਡਾ ਹੋਇਆ ਪਿਆ ਤੇ ਕੱਪੜੇ ਮੈਂ ਤੁਹਾਨੂੰ ਵਾਸ਼ਿੰਗ ਮਸ਼ੀਨ 'ਚ ਪਾਏ ਹੀ ਆ, ਆਲੂ ਮੈਂ ਉਬਾਲ ਕੇ ਰੱਖ ਆਈ ਹਾਂ, ਕਿਚਨ ਦੀ ਆਲਮੋਸਟ ਮੈਂ ਸਾਰੀ ਕਲੀਨਿੰਗ ਕਰਤੀ ਆ। ਤੇ ਬਸ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੇ ਮਿਲਦੇ ਤੁਹਾਨੂੰ ਥੋੜ੍ਹੀ ਦੇਰ। ਲੋ ਗਾਈਸ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਤੇ ਇਸ ਟਾਈਮ ਪੂਰਾ ਹਨੇਰਾ ਹੋ ਗਿਆ ਇੱਕਦਮ ਪੂਰਾ, ਤੇ ਅੱਜ ਫਿਰ ਮੈਨੂੰ ਪ੍ਰਭ ਨੇ ਲੇਟ ਕਰ ਦਿੱਤਾ ਦਰਸ਼ਨ ਕਰਨ ਆਇਆ। ਤੇ ਦੇਖੋ ਫਿਸ਼ਿਸ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ, ਤੁਸੀਂ ਵੀ ਸਾਰੇ ਜਾਣੇ
ਜਿਹੜੇ ਸਰਿਆਲੀ ਤੋਂ ਉਹਨਾਂ ਨੂੰ ਤਾਂ ਪਤਾ ਹੀ ਆ ਕਿ ਇਹ ਗੁਰਦੁਆਰਾ ਸਾਹਿਬ ਬਾਬਾ ਸ਼ਹੀਦਾਂ ਸਾਹਿਬ ਵੇਚਣ ਵਾਲੇ ਪਿਓ ਲੋਕ ਰਾਲ ਚੋਂ ਭੱਜੇ ਹੋਣ ਲੋਕ ਰਾਲ ਚੋਂ ਭੱਜੇ ਹੋਣ ਵਾਹਿਗੁਰੂ ਜੀ ਜਪੋ ਸ਼੍ਰੀ ਹਰ ਇੱਕ ਦਾ ਭਲਾ ਕਰੋ ਲੈ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹਰ ਇੱਕ ਦਾ ਭਲਾ ਕਰੋ ਸਮਝ ਤੂੰ ਪੁੱਠੇ ਕੰਮ ਕਰਿਆ ਕਰ ਥੋੜ੍ਹਾ ਜਿਹਾ ਟਾਈਮ ਪਹਿਲਾਂ ਆਉਂਦੇ ਨਾ ਫਿਰ ਆਪਾਂ ਫਿਰ ਪ੍ਰਦਕਸ਼ਣਾ ਕਰਕੇ ਆਉਣੀ ਨਹੀਂ ਰੌਣਾ ਹੋ ਗਿਆ ਹੋਣਾ ਹੈ ਨਾ ਬਸ ਇਹ ਦੋ ਮਿੰਟ ਹਾਜ਼ਰ ਲਵਾਉਂਦੇ ਹਾਂ ਤਾਂ ਫਿਰ ਘਰੇ ਜਾਵਾਂਗੇ ਆ ਪਕੜੋ ਅਜੇ ਬਹੁਤ ਲੇਟ ਹੋ ਗਏ ਕੀ ਚੱਲਦੇ ਆਪਾਂ ਇਕੱਠੇ ਹੀ ਜਿਹੜਾ ਨੀ ਲੈ ਚੱਲੀਏ ਫਿਰ ਚੱਲੀਏ ਲੋ ਗਈ ਦਰਸ਼ਨ ਆਪਾਂ ਕਰਕੇ ਆ ਗਏ ਹਾਂ ਅਤੇ ਪ੍ਰਭ ਗਿਆ ਉਹਨਾਂ ਨਾਲ ਥੋੜ੍ਹਾ ਮਾਰਕੀਟ ਦੇ ਵਿੱਚ ਸਮਾਨ ਲੈ ਕੇ ਆਉਣਾ ਅਤੇ ਅੱਜ ਮੀਂਹ ਪੈਣ ਦਾ ਕਰਕੇ ਨਾ ਸਾਰੇ ਚਿੱਕੜ ਚਿੱਕੜ ਹੋਇਆ ਅਤੇ ਪ੍ਰਭ ਕਹਿੰਦਾ ਮੰਮਾ ਤੁਸੀਂ ਇੱਥੇ ਬੈਠੋ ਅਤੇ ਤੁਸੀਂ ਉਹਨੇ ਫਿਰ ਬਹੁਤ ਮੈਲ ਲੈ ਆਵਾਂ ਅਤੇ ਹੁਣ ਉਹ ਗਿਆ ਏ ਅੱਡੇ 'ਤੇ ਅਤੇ ਮੈਂ ਉਹਦੀ ਵੇਟ ਕਰਨ ਦੀ ਮੈਂ ਇਕੱਲੀ ਬੈਠੀ ਅਤੇ ਮੈਨੂੰ ਨਾ ਡਰ ਜਾ ਅਤੇ ਚਲੋ ਗੁਰੂ ਘਰ ਕੀ ਡਰ ਹੈ ਨਾ ਪਰ ਇਕੱਲੇ 'ਚ ਬੈਠੇ ਹੋਰ ਤਰ੍ਹਾਂ ਹੁੰਦਾ ਹੁੰਦਾ ਹੈ ਨਾ ਅੱਜ ਵੈਸੇ ਮੌਸਮ ਇੰਨਾ ਘੈਂਟ ਆ ਨਾ ਬਹੁਤ ਵਧੀਆ ਅਤੇ ਸੁਣੋ ਮਹਾਰਾਜ ਦਾ ਹੁਕਮਨਾਮਾ ਤੁਸੀਂ ਵੀ ਕਰੋ ਦਰਸ਼ਨ ਤੇ ਇੱਧਰ ਘੋੜਾ ਬਣਿਆ ਬਾਬਾ ਜੀ ਦਾ ਕੀ ਹੋਇਆ ਅਸੀਂ ਕਿੱਥੇ ਗਏ ਇੱਥੇ ਤੇ ਗਏ ਹੁਣ ਇਹ ਦੋਵਾਂ ਮਿੰਟਾਂ 'ਚ ਆ ਗਏ ਵਾਪਸ ਕੀ ਹੁੰਦਾ ਤੈਨੂੰ ਲੈ ਵੇ ਪੂਰਾ ਆਪਣੇ ਸ਼ਿਕਾਰ ਲਈ ਤਿਆਰ ਬੈਠੀ ਵੀ ਮੈਂ ਭੱਜਾਂ ਇਹਨਾਂ ਨੂੰ ਜੱਫੀਆਂ ਪਾਵਾਂ ਦੇਖ ਵੇਖੋ 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 ਗਾਇਸ ਇੱਧਰ ਵੇਖੋ ਦੋ ਮਿੰਟ ਘਰੋਂ ਚੱਲ ਜਾਈਏ ਨਾ ਇੱਧਰ ਫੜੀ ਫੜੀ ਹੁਣ ਫੜੀ ਹੁਣ ਫੜੀ ਹੁਣ ਫੜੀ ਨੇ ਮੇਰੇ ਵੱਲ ਹੁਣੇ ਭੱਜ ਕੇ ਵੇਖੀ ਆ ਕੇ ਤੇਰੇ ਵੱਲ ਕੋਈ ਨਹੀਂ ਤੇਰੇ ਵੱਲ ਲਾਡੀਆਂ ਕਰਦੀ ਲੈ ਲੈ ਮਾਰ ਕੇ ਤਾਂ ਕੰਮ ਨੂੰ ਆਓ ਗਈ ਆਵਾਜ਼ ਮਾਰੋ ਠੀਕ ਆ ਮਾੜੀ ਆਈ ਛੋ ਮਾੜੀ ਆਈ
ਉਹ ਵੀ ਆਂਦੀ ਹੁਣ ਮੈਂ ਕਰਾਂ ਚਾਹੁੰਦੇ ਨਾ ਆਪਣੇ ਘਰ ਤਾਂ ਸ਼ੇਰ ਵੀ ਕੁੱਤਾ ਹੁੰਦਾ ਇਹ ਦੇਖੋ ਉਹ ਦੋ ਕੁੱਤੇ ਵਿਚਾਰੇ ਖਲੋਤੇ ਤੇ ਉਹਨਾਂ ਨੂੰ ਪੈਂਦੇ ਹੀ ਆ ਤੇ ਵੜਦੀ ਅੰਦਰ ਨੂੰ ਜਾਂਦੀ ਮੇਰੀਆਂ ਲੱਤਾਂ ਛੱਡਦੇ ਮੈਨੂੰ ਫੜੀ ਨਾ ਬਸ ਮੈਨੂੰ ਨਹੀਂ ਫੜੀ ਨਾ ਉਹ ਆਉਂਦੇ ਆ ਜਾਂਦੇ ਰਾਮ ਉਹ ਆਉਂਦੇ ਆ ਜਾਂਦੇ ਛੱਡੇ ਨੂੰ ਵੱਡੀ ਸ਼ੇਰ ਨੀ ਜਾਂਦੀ ਨੀ ਜਾ ਲੈ ਹੁਣ ਬਹਿ ਗਈ ਹੋ ਗਈ ਟਾਈਮ ਫਿਸ਼ ਲੈ ਹੁਣ ਪਿਆਰ ਨਾਲ ਸੁਲਾ ਸਫਾਈ ਕਰਨ ਚਲੀ ਜਾਂਦੀ ਮਨ ਮਨੌਤੀ ਕਰਨ ਚਲੀ ਜਾਂਦੀ ਨਹੀਂ ਭਰਾ ਗਲਤੀ ਹੋ ਗਈ ਲੈ ਵੱਡੀ ਸ਼ੇਰ ਨੀ ਲੈ ਵੱਡਾ ਆ ਗਿਆ ਜੇ ਉਹ ਤੇਰੀ ਸ਼ਿਕਾਰੀ ਤਗੜਾ ਉਹਨੂੰ ਮੀਟ ਪੀਂਦਾ ਵਾ ਉਹ ਪੰਕਲ ਲਾ ਪਿਆ ਆਪਣੇ ਤੋਂ ਸਾਂਭੀ ਨੀ ਚਣੀ ਲੈ ਜਾ ਅੰਦਰ ਇਹਨੂੰ ਵੱਡੀ ਸ਼ੇਰ ਨੀ ਉਹ ਵਹਿੰਦਾ ਹੀ ਉਹ ਵੱਡੇ ਲਈ ਵੇ ਉਹ ਕਿੱਦਾਂ ਕਰ ਗਿਆ ਉਹ ਵੇਖਣ ਆਇਆ ਵੀ ਕਿਹੜੀ ਭੌਂਕੀ ਜਾਂਦੀ ਆ ਉਧਰ ਉਹ ਨਿੱਕਾ ਜਿਹਾ ਭੌਂਕੀ ਜਾਂਦਾ ਤੇ ਉਧਰ ਇਹ ਨਿੱਕੀ ਜੀ ਭੌਂਕੀ ਜਾਂਦੀ ਆਪਣੇ ਆਪ ਚ ਲੈ ਮੈਂ ਨੀ ਹੱਦੀ ਵੀ ਪਈ ਆ ਟਿੱਡੀਆਂ ਨੂੰ ਵੀ ਡੱਡੀਆਂ ਨੂੰ ਵੀ ਜੁਕਾਮ ਹੋਏ ਪਏ ਮੈਂ ਨੀ ਇੱਧਰ ਕਿਤੇ ਹੱਦੀ ਵੀ ਪਈ ਲੈ ਅਸੀਂ ਚੱਲੇ ਅਸੀਂ ਸੈਰ ਕਰਨ ਮੈਂ ਚੱਲ ਗਲੀ ਜੀ ਸਾਹਮਣੇ ਸਾਹਮਣੇ ਸੈਰ ਕਰਕੇ ਆਉਂਦੇ ਤੇ ਇਹਨੇ ਮੈਡਮ ਨੇ ਆਪਦੀ ਰਾਮਲੀਲਾ ਲਾ ਲਈ ਫੜ ਕੇ ਉਧਰੇ ਲੈ ਜਾਣਾ ਹੀ ਨੀ ਵੇਖੀ ਹੌਲੇ ਆ ਗਈ ਡਰਦੀ ਆ ਹੋਵੇਗੀ ਪ੍ਰਭੂ ਬਈਏ ਵੇਖੀ ਤੇ ਨੰਗੇ ਇੱਥੋਂ ਤਿੰਨ ਚਾਰ ਪੰਜ ਸੱਤ ਹੀ ਮੋਟਰਸਾਈਕਲ ਦੇ ਆਹੋ ਵਧੀਆ ਅੰਦਰ ਜਿਹੜਾ ਆਪਣਾ ਨਾ ਉਹ ਤੁਰ ਫਿਰ ਕੇ ਨਹੀਂ ਹੁੰਦੀ।